9 MLA ਹੈ ਸਾਡੇ ਹਲਕੇ ਦੇ ਵਿੱਚ, ਸਾਰੇ ਕਾਂਗਰਸੀ ਹੈ, ਅਤੇ 9 MLA ਜਿਹੜੇ ਹੈ 9ਵੇਂ ਕੈਂਡੀਡੇਟ ਬਣੇ ਹੋਏ, ਅਤੇ 9ਾਂ ਕੈਂਡੀਡੇਟ ਦੇ ਵਿੱਚੋਂ ਕੋਈ ਵੀ ਇਹਨਾਂ ਨੂੰ ਪਸੰਦ ਨਹੀਂ ਆ ਰਿਹਾ। ਖੰਡੂਰ ਸਾਹਿਬ ਤੋਂ ਚੋਣ ਲੜ ਰਹੀ ਸਾਬਕਾ ਅਕਾਲੀ ਮੰਤਰੀ ਬੀਬੀ ਜਾਗੀਰ ਕੌਰ ਨੇ ਚੋਣ ਪ੍ਰਚਾਰ ਦੌਰਾਨ ਵੱਡਾ ਬਿਆਨ ਦਿੱਤਾ, ਜਿੱਥੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਵਿੱਚ ਪੰਥ ਤੋਂ ਛੇਕੇ ਗੁਰਮਤ ਰਹਿਤ ਮਰਿਆਦਾ ਤੋਂ ਦੂਰ ਕਿਸੇ ਵੀ ਡੇਰੇ ਤੇ ਵੋਟ ਮੰਗਣ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਦਾ ਸਮਰਥਨ ਮੰਗੇਗਾ। ਇਸੇ ਦੌਰਾਨ ਬੀਬੀ ਜਾਗੀਰ ਕੌਰ ਨੇ ਕਾਂਗਰਸ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਲੰਮੇ ਹੱਥੀ ਲਿਆ। ਉਹਨਾਂ ਕੀ ਕਿਹਾ ਉਹ ਤੁਸੀਂ ਵੀ ਸੁਣੋ। ਅਤੇ 9 MLA ਹੈ ਸਾਡੇ ਹਲਕੇ ਦੇ ਵਿੱਚ, ਸਾਰੇ ਕਾਂਗਰਸੀ ਹੈ, ਅਤੇ 9 MLA ਜਿਹੜੇ ਹੈ 9ਵੇਂ ਕੈਂਡੀਡੇਟ ਬਣੇ ਹੋਏ ਹੈ, ਅਤੇ 9ਾਂ ਕੈਂਡੀਡੇਟ ਦੇ ਵਿੱਚੋਂ ਕੋਈ ਵੀ ਇਹਨਾਂ ਨੂੰ ਪਸੰਦ ਨਹੀਂ ਆ ਰਿਹਾ, ਕਿਉਂਕਿ ਲੋਕ ਕਿਸੇ MLA ਨੂੰ ਚੱਲਦੇ ਹੀ ਨਹੀਂ ਪਏ। MLA ਨੂੰ ਮਿਨਿਸਟਰ ਨਹੀਂ ਚੱਲਦਾ, ਮਿਨਿਸਟਰ ਨੂੰ CM ਨਹੀਂ ਚੱਲਦਾ, ਇੱਕ ਵੀ ਕੰਮ ਇਹਨਾਂ ਦਾ ਕੋਈ ਸਰਕਾਰੀ ਦਰਬਾਰੇ ਕਿਉਂ ਨਹੀਂ ਹੋ ਰਿਹਾ, ਕਿਉਂਕਿ ਇਹ ਸਿਵਾਏ ਲੁੱਟਣ ਤੋਂ, ਸਿਵਾਏ ਕੁੱਟਣ ਤੋਂ ਅਫਸਰਾਂ ਨੂੰ ਕੋਈ ਕੰਮ ਨਹੀਂ ਕਹਿੰਦੇ। ਪੈਸੇ ਇਕੱਠੇ ਕਰ ਲਈਏ, ਲੋਕਾਂ ਦੇ ਪਰਚੇ ਦਰਜ ਕਰਾ ਦਈਏ। ਹੁਣੇ ਚੋਣਾਂ ਹੋਈਆਂ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ, ਸਰਪੰਚਾਂ ਦੀਆਂ। ਮੇਰਾ ਖਿਆਲ ਹੈ ਕਿ ਜੋ ਧੱਕੇਬਾਜ਼ੀ, ਜੋ ਲਾਅ ਐਂਡ ਆਰਡਰ ਦਾ ਇਹਨਾਂ ਨੇ ਕਤਲ ਕੀਤਾ, ਜੋ ਡੈਮੋਕ੍ਰੇਸੀ ਦਾ ਕਤਲ ਕੀਤਾ, ਉਹ ਲੋਕਾਂ ਦੇ ਸਾਹਮਣੇ ਹੈ। ਇਹਨਾਂ ਦਾ ਹੀਆ ਨਹੀਂ ਪੈ ਰਿਹਾ ਕਿ ਜਿਹੜੇ ਸਾਡੇ ਕੈਂਡੀਡੇਟ ਹੈ, ਇਹਨਾਂ ਦੇ ਕਾਂਗਰਸ ਵਾਲੇ ਕੈਂਡੀਡੇਟ ਹੈ, ਉਹ ਕੈਂਡੀਡੇਟ ਕੀ ਜਾ ਕੇ ਲੋਕਾਂ ਨੂੰ ਕਹਿਣਗੇ, ਕਿਉਂਕਿ ਲੋਕਾਂ ਨੇ ਵੋਟ ਦੇਣੀ ਹੈ ਕਿ ਵਿਕਾਸ ਕੀ ਕੀਤਾ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਜੋ ਕੀਤਾ ਸੀ, ਅੱਜ ਵੀ ਲੋਕਾਂ 'ਚ ਬੋਲਦਾ। ਤੁਹਾਡਾ ਜਿਹੜਾ ਹਲਕਾ ਹੈ, ਪੰਥਕ ਹਲਕਾ ਆ, ਤਾਂ ਇਹਦੇ ਵਿੱਚ 9 MLA ਤੁਸੀਂ ਦੱਸਿਆ ਕਿ ਕਾਂਗਰਸ ਨੇ, ਲੇਕਿਨ ਜੇ ਇਹਨੂੰ ਦੇਖਿਆ ਜਾਵੇ ਪੰਥਕ ਹਲਕਾ ਹੈ, ਉਹ ਟਕਸਾਲੀ ਵੀ ਕਹਿੰਦੇ ਨੇ, ਬਹੁਤ ਸਾਰੇ ਸਾਧੂ ਸੰਤਾਂ ਦੇ ਡੇਰੇ ਵੀ ਆਉਂਦੇ ਨੇ, ਸੰਤ ਮਹਾਂਪੁਰਸ਼ ਹੈ, ਕੀ ਸਭ ਦੇ ਸਾਰਿਆਂ ਨੂੰ ਸਾਥ ਲੈ ਕੇ ਚੱਲੋਗੇ, ਸਾਰੇ ਡੇਰਿਆਂ ਦਾ ਆਸ਼ੀਰਵਾਦ ਲੈ ਕੇ ਚੱਲੋਗੇ, ਉਹਨਾਂ ਨੂੰ ਅਪਰੋਚ ਕਰੋਗੇ, ਕੀ ਕਰੋਗੇ? ਟਕਸਾਲੀ ਕਹਿੰਦੇ ਕਿ ਅਸੀਂ ਜਾਵਾਂਗੇ। ਦੇਖੋ ਜੀ, ਮੇਰਾ ਪਿਛੋਕੜ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਮੁੱਖ ਸਥਾਨ ਹੈ, ਗੁਰੂ ਗ੍ਰੰਥ ਸਾਹਿਬ ਦੇ ਸਿੱਖਿਆਵਾਂ 'ਤੇ ਚੱਲਣ ਵਾਲਾ ਮੁੱਖ ਸਥਾਨ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ। ਔਰ ਮੇਰਾ ਖਿਆਲ ਹੈ ਕਿ ਜਿੰਨੇ ਵੀ ਸਥਾਨ ਮਾਝੇ ਵਿੱਚ ਹੈ ਉਹ ਸਾਰੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਥਾਨ ਹੈ। ਇੱਕ ਨਹੀਂ, ਮੈਂ ਤਾਂ ਸਾਰੇ ਸਥਾਨਾਂ ਦੇ ਉੱਤੇ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਆਈ ਹੈ ਕਿ ਸਾਰੇ ਮਹਾਂਪੁਰਖ ਸਿਰ 'ਤੇ ਅਸੀਸ ਰੱਖੋ, ਅਸੀਂ ਸਾਰੇ ਪੰਥ ਦੀ ਚੜ੍ਹਦੀ ਕਲਾ ਨਾਲ ਸੇਵਾ ਕਰ ਸਕੀਏ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸਮਰਪਿਤ ਹੈ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੰਤ ਬਾਬਾ ਪ੍ਰੇਮ ਸਿੰਘ ਦਾ ਸਥਾਨ ਵੀ ਸਮਰਪਿਤ ਹੈ। ਮੈਂ ਉਹਨਾਂ ਦੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਹੀ ਗੁਰਮਤ ਰਹਿਤ ਮਰਿਆਦਾ ਸਿੱਖ ਸਿਧਾਂਤ ਦੀ ਪੈਰੇਕਾਰੀ ਕੀਤੀ ਔਰ ਹਮੇਸ਼ਾ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਵਾਜ਼ ਉਠਾਈ ਹੈ। ਮੈਂ ਸਮਝਦੀ ਹਾਂ ਕਿ ਜਿੱਥੇ ਇਹ ਪੰਥਕ ਤੌਰ ਦੇ ਉੱਤੇ ਪੂਰਨ ਇਤਿਹਾਸਕ ਪਰੰਪਰਾਵਾਂ ਰੱਖਦਾ ਹੈ ਇਹ ਮਾਝੇ ਦੀ ਧਰਤੀ, ਇਹ ਖਡੂਰ ਸਾਹਿਬ ਦਾ ਹਲਕਾ, ਉੱਥੇ ਨਾਲ ਨਾਲ ਇਹਨਾਂ ਲੋਕਾਂ ਦੇ ਵਿੱਚ ਅੱਜ ਜਾਗਰੂਕਤਾ ਵੀ ਹੈ ਕਿ ਜੇ ਪਿੱਛੇ ਕੋਈ ਆਮ ਆਦਮੀ ਪਾਰਟੀ ਨੇ ਝਮੇਲੇ ਪਾ ਕੇ ਜਾਂ ਸਹੁੰਆਂ ਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਲਏ ਸੀ, ਹੁਣ ਬਿਲਕੁਲ ਨਹੀਂ ਗੁੰਮਰਾਹ ਹੋਣਗੇ। ਅਣਖ ਅਤੇ ਗੈਰਤ ਵਿੱਚ ਰਹਿ ਕੇ ਉਹ ਆਪਣਾ ਇਤਿਹਾਸ ਨੂੰ ਫਿਰ ਦੁਹਰਾਉਣਗੇ। ਵੈਸੇ ਤਾਂ ਜੀ ਮੈਂ ਟਕਸਾਲੀ ਸ਼ਬਦ ਜਿਹੜਾ ਉਹ ਪਤਾ ਨਹੀਂ ਉਹਨੇ ਕਿੱਦਾਂ ਨਾਲ ਲਾ ਲਿਆ। ਟਕਸਾਲੀ ਮੀਨਸ ਹੁੰਦਾ ਕਿ ਜਿਹੜਾ ਸਾਰੀ ਜ਼ਿੰਦਗੀ ਜਿੱਥੇ ਲੱਗਾ ਹੋਵੇ ਉਹਨੂੰ ਕਦੀ ਛੱਡੇ ਨਾ, ਮਰ ਜਾਵੇ, ਮਿਟ ਜਾਵੇ, ਪਰ ਆਪਣੀ ਪਾਰਟੀ ਤੱਕ ਕੁਰਬਾਨ ਹੋ ਜੇ, ਛੱਡ ਕੇ ਬਾਹਰ ਨਾ ਜਾਵੇ। ਇਹਨਾਂ ਦੇ ਬਾਰੇ ਮੈਂ ਕੁਝ ਇਸ ਕਰਕੇ ਨਹੀਂ ਕਹਿਣਾ, ਸਾਡੇ ਸਾਥੀ ਰਹੇ, ਸਾਡੇ ਸਤਿਕਾਰਯੋਗ ਨੇ, ਮੇਰੇ ਵੱਡੇ ਭਰਾ ਨੇ,
ਅਸੀਂ ਇਹਨਾਂ ਨੂੰ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ 'ਤੇ ਲੜਦੇ ਸੀ, ਜਿਤਾਉਂਦੇ ਸੀ, ਅਤੇ ਇਹਨਾਂ ਨੇ ਜੇ ਅੱਜ ਵੱਖਰੇ ਹੋ ਕੇ ਕੋਈ ਪਾਰਟੀ ਬਣਾਈ ਹੈ, ਅਜੇ ਤਾਂ ਪਾਰਟੀ ਹੋਂਦ ਵਿੱਚ ਹੀ ਨਹੀਂ ਆਈ, ਅਜੇ ਤਾਂ ਕੋਈ ਐਸਟੈਬਲਿਸ਼ ਨਹੀਂ ਹੋਈ। ਜਦੋਂ ਪਾਰਟੀ ਹੋਂਦ ਵਿੱਚ ਆਏਗੀ ਫਿਰ ਗੱਲ ਕਰਾਂਗੇ। ਇਹਨਾਂ ਦੇ ਬਾਰੇ ਕੀ ਕਹਿ ਸਕਦੇ ਹਾਂ ਜੀ? ਜਿਨ੍ਹਾਂ ਲੋਕਾਂ ਨੇ ਜਿਤਾਇਆ ਸੀ ਉਹ ਹੀ ਲੋਕ ਛੱਡ ਗਏ ਕਿ ਅਸੀਂ ਤਾਂ, ਉਹ ਕਹਿੰਦੇ ਜੀ ਅਸੀਂ ਵੋਟਾਂ ਤੱਕੜੀ ਨੂੰ ਪਾਉਂਦੇ ਸੀ, ਅਸੀਂ ਤਾਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਸੀ, ਅਸੀਂ ਕਿਸੇ ਮਨੁੱਖ ਨੂੰ ਨਹੀਂ ਜਾਣਦੇ। ਠੀਕ ਹੈ, ਜਿਹੜਾ ਸੇਵਾ ਕਰਿਆ ਗਿਆ ਉਹਦਾ ਸਤਿਕਾਰ ਕਰਾਂਗੇ, ਪਰ ਸਾਡੀ ਵੋਟ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਵਾਸਤੇ।